खरड़ शहर सुरक्षित है, इस सवाल नूं लैके मैं जसविंदर पाल जनशन पंजाबी तुहाडा स्वागत करदा। ते असीं पुज्जे आं खरड़ जिते दा तुसीं पुल देख रहे हो, इहनूं कहिंदे ने KFC वाला पुल, जिते लगदे ने जाम। जाम दा कारण है आखिर की कारण है, क्योंकि इत्थों निकलदा एयरपोर्ट रोड भी एक पासे जांदा खरड़ नूं जांदा, ते एक पासे जांदा है चंडीगढ़ मोहाली बलौंगी नूं लैके, परंतु जिहड़े लगदे जाम ने इह अपने आप विच सवाल खड़ा करदे नज़र आ रहे ने। लगदा जिवें कि इत्थे कोई किसी का तंत्र नहीं, ते कोई किसी नूं संभालण वाला ही नहीं, ना ही ते तुसीं देख रहे हो कि चलान दा प्रकलन भी जारी है, ते नाल नाल तुहानूं असीं देख रहे हां ते जाम वाले पासे पुलिस कर्मी लगे तो होए ने, परंतु जिहड़ा ध्यान है इस समय वो अपने आप विच वड्डा नज़र आ रहा है, ते वड्डा नज़र आने नाल असीं देख रहे हां कि कर्मचारी अपने आप हिसाब नाल लगे जरूर होए ने। ते आओ गल करदे हां मुलाजमां नाल कि आखिर जिहड़ी दिक्कत है इह की दिक्कत है। सत श्री अकाल भाई जी। ਭਾਈ ਜੀ ਇਹ ਦੱਸੋ ਕਿ ਇਹ ਮੁੰਡੇ ਘੇਰੇ ਹੋਏ ਨੇ ਕਿਉਂ ਘੇਰੇ? ਇਹ ਦੋਨੇ ਬਿਨਾਂ ਹੈਲਮੈਟ ਆ ਜੀ, ਬਿਨਾਂ ਲਾਇਸੈਂਸ ਹੈ। ਇਹਨਾਂ ਦੇ ਚਲਾਨ ਕਰਨ ਵਾਸਤੇ RC ਮੰਗੀ ਹੈ, ਤੇ RC ਲੈ ਕੇ ਨਾ ਦੋਨਾਂ ਹੈਲਮੈਟ ਦਾ ਚਲਾਨ ਕੀਤਾ ਜਾਊਗਾ ਜੀ। ਆਓ ਨੌਜਵਾਨਾਂ ਨੂੰ ਪੁੱਛਦੇ ਆ, ਆ ਵੀ ਤੁਹਾਡੀ ਕੋਈ ਗਲਤੀ? ਅਸੀਂ ਹੈਲਮੈਟ ਨਹੀਂ ਪਾਇਆ ਸੀ। ਕਿਉਂ? ਲੋਕਲ ਜਿਹੜੇ ਕਹਿੰਦੇ ਕਿ ਕਿਆ ਬਣਾ। ਤੁਹਾਨੂੰ ਜਾਣ ਪੈ ਰਹੀ ਹੈ? ਹਾਂਜੀ ਹਾਂਜੀ। ਮੰਮੀ ਡੈਡੀ ਕਹਿੰਦੇ ਨੇ ਲਾਇਸੈਂਸ ਹੈ? ਲਾਇਸੈਂਸ ਹੈ, ਲਾਇਸੈਂਸ ਹੈ, ਪਰੰਤੂ ਕਰਦਿਆਂ ਦਾ ਡਰ ਨਹੀਂ, ਤੇ ਹੁਣ ਚਲਾਨ ਕੀ ਅੱਛੀ ਗੱਲ ਹੈ। ਕੋਈ ਨਹੀਂ, ਤੇ ਇਹ ਦੇਖ ਰਹੇ ਆ ਤੇ ਨਾਲ ਨਾਲ ਜ਼ਰੂਰ ਇੰਨੇ ਹੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਚਲਾਨ ਕੱਟੇ ਜਾਂਦੇ ਨੇ, ਤੇ ਚਲਾਨ ਕੱਟਿਆ ਵੀ ਜਾ ਰਿਹਾ, ਤੇ ਇਹ ਜਿਹੜੇ ਪੁਲਿਸ ਕਰਮੀ ਨੇ ਅਕਸਰ ਭਰੇ ਨੇ, ਤੇ ਇੱਕ ਦੋਸ਼ ਵੀ ਲੱਗਦਾ ਕਿ ਇਹ ਜਾਮ ਖਲਾਣ ਦੀ ਬਜਾਏ ਚਲਾਨ ਕੱਟਦੇ ਨੇ, ਫਸੇ ਹੋਏ ਨੇ। ਆਓ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਖਿਰ ਇਹ ਜਾਮ ਕਦੋਂ ਖੁੱਲਣਗੇ, ਕਿਵੇਂ ਖੁੱਲਣਗੇ। ਅਤੇ ਫਿਲਹਾਲ ਇੰਨਾ ਜ਼ਰੂਰ ਹੈ ਕਿ ਇਹ ਜਾਮ ਹੈ ਜਿਹੜਾ ਇਹ ਇੱਕ ਉੱਜਲ ਖੁੱਜਲ ਹੈ, ਸਵਾਲ ਉੱਜਲ ਖੁੱਜਲ, ਤੁਸੀਂ ਆਪ ਹੀ ਪਰੇਸ਼ਾਨ ਹੋ ਜਾਓਗੇ, ਨਾ ਕੋਈ ਸਾਈ ਨਾ ਕੋਈ ਰਾਖਾ, ਆਖਿਰ ਇਹ ਕਿਵੇਂ ਫਸੇ ਹੋਏ ਨੇ ਇਹ ਵੀ ਸਵਾਲ ਹੈ। ਸਵਾਲ ਇਹਦੇ ਨਾਲ ਇੱਕ ਜਾਨ ਨੂੰ ਲੈ ਕੇ ਵੀ ਦਿਖਾਈ ਦਿੰਦਾ ਹੈ। ਅਤੇ ਆਓ, ਕਿਉਂਕਿ ਆਹ ਦੇਖੋ ਹੁਣ ਮੈਂ ਵੀ ਬਚਿਆ, ਮੈਂ ਵੀ ਇਸੇ ਤਰ੍ਹਾਂ ਬਚਿਆ, ਕਿਉਂਕਿ ਇੱਥੇ ਕੋਈ ਕਿਸੇ ਨੂੰ ਪਰਵਾਹ ਨਹੀਂ, ਅਤੇ ਟਰੈਕਟਰ ਵੀ ਲੰਘ ਰਿਹਾ, ਗੱਡੀਆਂ ਵੀ ਲੰਘ ਰਹੀਆਂ ਨੇ, ਅਤੇ ਜਾਮ ਪੂਰੀ ਤਰ੍ਹਾਂ ਭਰਿਆ ਹੋਇਆ ਹੈ, ਕਿਉਂਕਿ ਜਾਮ ਵਿੱਚ ਲੱਗਣ ਦਾ ਕਾਰਨ ਇੱਕ ਪਾਸੇ ਏਅਰਪੋਰਟ ਸੜਕ ਨੂੰ ਜਾਣਾ ਹੈ, ਇਹ ਸੜਕ ਵੀ ਛੋਟੀ ਹੈ। ਜਿਵੇਂ ਕਿ ਆਪਾਂ ਪੁਲ ਦੀ ਗੱਲ ਕਰਦੇ ਹਾਂ, ਪੁਲਿਸ ਦਾ ਮੰਨਣਾ ਇਹ ਹੈ ਕਿ ਇੱਥੇ ਜਿਹੜੀ ਉੱਬੜ ਖੁੱਬੜ ਹੈ ਉਹ ਮੇਨ ਕਾਰਨ ਹੈ ਜਿੱਥੇ ਜਾਮ ਲੱਗਦੇ ਨੇ। ਆਓ ਲੋਕਾਂ ਨਾਲ ਗੱਲ ਕਰਦੇ ਹਾਂ। ਸਰ ਇੱਥੇ ਅਕਸਰ ਜਾਮ ਲੱਗਦਾ? ਹਾਂਜੀ ਹਾਂਜੀ ਜੀ, ਜਦ ਵੀ ਆਈਏ ਇੱਥੇ ਜਾਮ ਹੀ ਹੁੰਦਾ ਜੀ, ਨਾ ਕੋਈ ਲਾਈਟ ਹੈ ਨਾ ਕੋਈ ਸਿਸਟਮ ਹੈ, ਇੱਥੇ ਜਾਮ 'ਚ ਘੰਟਾ ਘੰਟਾ ਲੱਗ ਜਾਂਦਾ ਜੀ। ਸਰ ਇਹਦਾ ਜ਼ਿੰਮੇਵਾਰ ਕਿਹਨੂੰ ਮੰਨਦੇ? ਜ਼ਿੰਮੇਵਾਰ ਪ੍ਰਸ਼ਾਸਨ ਹੀ ਹੈ ਜੀ, ਹੋਰ ਤਾਂ ਕੋਈ ਹੈ ਨਹੀਂ ਇੱਥੇ। ਹਾਂਜੀ, ਅਤੇ ਬਾਈ ਜੀ ਨੇ ਸਿੱਧੇ ਰੂਪ 'ਚ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ, ਕਿਉਂਕਿ ਜ਼ਿੰਮੇਵਾਰ 'ਚ ਇਹ ਵੀ ਮੰਨਦੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇੱਥੇ ਜਾਮ ਅਕਸਰ ਲੱਗਦੇ ਨੇ, ਤੁਹਾਨੂੰ ਕੀ ਦਿੱਕਤ ਆਉਂਦੀ ਹੈ? ਦਿੱਕਤ ਇਹ ਜੀ, ਹੁਣ ਟਾਈਮ ਖਰਾਬ ਹੁੰਦਾ, ਅੱਧਾ ਅੱਧਾ ਘੰਟਾ ਸਬਜ਼ੀ ਲੱਦੀ ਵੀ ਹੈ। ਇਹਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ, ਪ੍ਰਸ਼ਾਸਨ ਨੂੰ ਜਾਂ ਪੁਲਿਸ ਨੂੰ ਜਾਂ ਲੋਕਾਂ ਨੂੰ? ਪ੍ਰਸ਼ਾਸਨ ਹੈ ਜੀ, ਪੁਲਿਸ ਹੈ। ਤੇ ਬਾਈ ਜੀ ਨੇ ਸਿੱਧੇ ਰੂਪ 'ਚ ਕਿਹਾ ਕਿ ਪ੍ਰਸ਼ਾਸਨ ਇਸਦਾ ਜ਼ਿੰਮੇਵਾਰ ਹੈ, ਅਤੇ ਆਓ ਹੋਰ ਨਾਲ ਵੀ ਗੱਲ ਕਰਦੇ ਹਾਂ, ਕੀ ਗੱਲ ਕਹਿੰਦੇ ਨੇ? ਨਮਸਕਾਰ ਸਰ। ਸਰ ਇੱਥੇ ਜਾਮ ਲੱਗਦੇ ਨੇ, ਤੁਸੀਂ ਅਕਸਰ ਦੇਖਦੇ ਹੋ, ਕੀ ਪਰੇਸ਼ਾਨੀ ਆਉਂਦੀ? ਸਰ ਹੁਣ ਮੈਂ ਡਾਕਟਰ 'ਤੇ ਅਪੁਆਇੰਟਮੈਂਟ ਹੈਗੀ, ਤੇ ਹੁਣ ਲੇ ਜਾਮ ਕੇ ਕਾਰਨ ਮੈਂ ਲੇਟ ਹੋ ਰਿਹਾ, ਤੇ ਪਰੇਸ਼ਾਨੀ ਤਾਂ ਸਾਰਿਆਂ ਨੂੰ ਹੀ ਹੈ। ਜਾਮ ਖੁੱਲਣ ਦਾ ਨਾ ਲੋਕਾਂ ਕੋਲ ਜਵਾਬ, ਨਾ ਪੁਲਿਸ ਪ੍ਰਸ਼ਾਸਨ ਕੋਲ, ਆਖਿਰ ਕੌਣ ਹੈ ਇਸ ਦਾ ਪੂਰਾ ਜ਼ਿੰਮੇਵਾਰ, ਇਹ ਤੁਸੀਂ ਦੱਸਣਾ ਹੈ। ਤੇ ਇਸੇ ਨਾਲ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।